ਜਦੋਂ ਬਾਣੀ ਪੜ੍ਹਨ ਵਾਲੇ ਕਾਫੀ ਬੱਚੂ ਤਿਆਰ ਹੋ ਗਏ ਤਾਂ ਆਪ ਨੇ ਮੱਖਣ ਸਿੰਘ ਨੂੰ ਇਹਨਾਂ ਦਾ ਮੁੱਖ ਸੇਵਾਦਾਰ ਲਾ ਦਿੱਤਾ। ਸ਼੍ਰੀ ਅਖੰਡ ਪਾਠ ਸਾਹਿਬ ਲਈ ਜੋਟੀਆਂ ਬਣ ਗਈਆਂ। ਆਪ ਦਾ ਵਚਨ ਸੀ, ਬਾਬਾ ਨਾਨਕ 40 ਸਿਰੇ ਹੋਇਆ ਹੈ, ਉਹਦੀ ਬਾਣੀ ਵੀ 40 ਸਿਰੇ ਹੈ, ਅਖੰਡ ਪਾਠ ਸਾਹਿਬ ਦੀ ਭੇਟਾ ਵੀ 40 ਰੁਪਈਏ ਹੋਣੀ ਚਾਹੀਦੀ ਹੈ। ਉਹਨਾਂ ਦਿਨਾਂ ਵਿੱਚ ਅਖੰਡ ਪਾਠ ਸਾਹਿਬ ਦੀ ਭੇਟਾ 200 ਰੁਪਈਏ ਸੀ, ਹੋਰ ਖਰਚੇ ਵੱਖਰੇ। ਗਰੀਬ ਆਦਮੀ ਲਈ ਅਖੰਡ ਪਾਠ ਸਾਹਿਬ ਕਰਵਾਉਣਾ ਸੌਖਾ ਨਹੀਂ ਸੀ। ਧਰਮ ਦੇ ਪਰਦੇ ਹੇਠ ਬਾਣੀ ਸਿਰਫ ਰੁਜ਼ਗਾਰ ਦਾ ਸਾਧਨ ਬਣ ਚੁੱਕੀ ਸੀ, ਦੁਕਾਨਦਾਰੀ ਬਣ ਚੁੱਕੀ ਸੀ, ਨਾ ਸ਼ਰਧਾ ਸੀ ਨਾ ਪ੍ਰੇਮ, ਧੁਰਕੀ ਬਾਣੀ ਦਾ ਵਪਾਰ ਹੁੰਦਾ ਸੀ। ਮਹਾਂਪੁਰਖ ਇਹ ਸਭ ਵੇਖ ਰਹੇ ਸਨ, ਬਾਹਰੋਂ ਕਿਸ ਤਰ੍ਹਾਂ ਦਾ ਸ਼ਰਈ ਲੋਕ ਭੇਖਧਾਰੀ ਹਨ, ਪਰ ਅੰਦਰੋਂ ਪੂਰੀ ਤਰ੍ਹਾਂ ਖੁਸ਼ਕ ਅਤੇ ਦੰਭੀ। ਬਾਬਾ ਜੀ ਦੇ 40 ਰੁਪਈਆਂ ਵਾਲੇ ਬਚਨ ਸੁਣਦਿਆਂ ਹੀ ਇਹਨਾਂ ਬਚੂਆਂ ਦੇ ਮਨ ਵਿੱਚ ਚਾਅ ਹੁਲਾਰੇ ਮਾਰਨ ਲੱਗਾ। ਦੂਜੇ ਪਾਸੇ ਉਹਨਾਂ ਮਹਿੰਗੇ ਅਖੰਡ ਪਾਠੀਆਂ ਨੇ ਇਹਦਾ ਬੁਰਾ ਮਨਾਇਆ, ਉਹਨਾਂ ਦੇ ਰੁਜ਼ਗਾਰ ਵਿੱਚ ਢਿੱਲ ਆਉਣ ਲੱਗੀ। ਇਹ ਕੁਦਰਤੀ ਸੀ, ਪਰ ਸੰਤਾਂ ਵੱਲੋਂ ਹੋਏ ਹੁਕਮ ਕਰਕੇ ਕੁਝ ਭੈ ਵੀ ਕਰਦੇ ਸਨ। ਹੁਣ ਇਹ 40 ਰੁਪਈਆਂ ਵਾਲਾ ਸੁਨੇਹਾ ਘਰ ਘਰ ਪਹੁੰਚ ਗਿਆ। ਗਰੀਬ ਲੋਕ ਵੀ ਚਾਈ ਚਾਈ ਅਖੰਡ ਪਾਠ ਸਾਹਿਬ ਕਰਾਉਣ ਲੱਗੇ, ਘਰ ਘਰ ਬਾਣੀ ਦਾ ਪ੍ਰਵਾਹ ਚੱਲ ਪਿਆ। ਨਾਲ ਹੀ ਸੰਤਾਂ ਨੇ ਇਹ ਬਚਨ ਕੀਤਾ ਕਿ ਘਰ ਵਾਲੇ ਪਾਠ ਕਰਾਉਣ ਪਰ ਨਾਲ ਹੀ ਪਾਠ ਸੁਣ। 3 ਦਿਨ ਬਾਣੀ ਵੱਲ ਚਿੱਤ ਮੁੜਿਆ ਰਹੇ, ਪਾਠੀ ਪਾਠ ਕਰ ਗਏ, ਕੰਧਾਂ ਸੁਣ ਗਈਆਂ, ਨਾ ਕਰਨ ਵਾਲਿਆਂ ਦੇ ਪੱਲੇ ਕੁਝ ਪਿਆ ਨਾ ਘਰ ਵਾਲਿਆਂ ਦੇ, ਐਸੀ ਗੱਲ ਨਾ ਹੋਵੇ। ਜਿੱਥੇ ਜਿੱਥੇ ਵੀ ਅਖੰਡ ਪਾਠ ਹੁੰਦੇ, ਇਹ ਨਵੀਂ ਪਨੀਰੀ ਦੇ ਪਾਠੀ ਸਿੰਘ ਬਾਬਾ ਜੀ ਦਾ ਬਚਨਾਂ ਦਾ ਹੋਕਾ ਦਿੰਦੇ। ਬਾਬਾ ਜੀ ਦਾ ਬਚਨ ਸੀ, ਜਿੱਥੇ ਕਿਤੇ ਵੀ ਸੰਗਤ ਜੁੜੇ ਉੱਥੇ ਸਾਡਾ ਸੁਨੇਹਾ ਜ਼ਰੂਰ ਦਿਆ ਕਰੋ। ਦੁਨੀਆ ਮਲਪਾ ਖਾਣੇ ਖਾ ਖਾ ਕੇ ਨਰਕਾਂ 'ਚ ਪੈਂਦੀ ਜਾ ਰਹੀ ਹੈ। ਸਾਧਾਂ ਦੇ ਜਿੰਮੇ ਕਸੂਰ ਲੱਗਦਾ ਕਿ ਸਾਧ ਉਪਦੇਸ਼ ਨਹੀਂ ਕਰਦੇ, ਉਹਨਾਂ ਉਪਦੇਸ਼ ਕੀ ਕਰਨਾ, ਉਹ ਤਾਂ ਆਪ ਚੋਰੀ ਛਿਪੇ ਛੱਕ ਜਾਂਦੇ ਹਨ। ਆਪ ਸਾਰੇ ਪ੍ਰਚਾਰਕਾਂ ਗ੍ਰੰਥੀਆਂ ਕੀਰਤਨੀਆਂ ਨੂੰ ਸਾਧ ਕਹਿੰਦੇ ਸਨ। ਆਪ ਨੇ ਇਹ ਸੁਨੇਹਾ ਪਹੁੰਚਾਉਣ ਵਾਸਤੇ ਬੱਚਿਆਂ ਨੂੰ ਤਕੀਦ ਕੀਤੀ ਹੋਈ ਸੀ ਕਿ ਬਾਬਾ ਨਾਨਕ ਸਭ ਦਾ ਗੁਰੂ, ਹੋਰ ਕੋਈ ਉਹਦੀ ਬਰਾਬਰੀ ਨਹੀਂ ਕਰ ਸਕਦਾ, ਉਹਦੇ ਨਾਮ ਦਾ ਝੰਡਾ ਝੁਲਣਾ ਹੈ। ਸੰਤ ਮਹਾਰਾਜ ਜੀ ਆਪ ਵੀ ਕਈ ਥਾਵਾਂ 'ਤੇ ਮਗਰ ਪੁੱਜਦੇ, ਇਸ ਨਾਲ ਘਰ ਵਾਲੇ ਵੀ ਨਿਹਾਲ ਹੋ ਜਾਂਦੇ, ਇਹਨਾਂ ਬੱਚੂਆਂ ਦੇ ਵੀ ਹੌਂਸਲੇ ਵੱਧਦੇ, ਬੱਚੇ ਕਤਾਈ ਕਰਨ ਤੋਂ ਵੀ ਡਰਦੇ। ਇੱਕ ਵਾਰੀ ਇਹਨਾਂ ਬੱਚਿਆਂ ਨੇ ਅਖੰਡ ਪਾਠ ਸਾਹਿਬ ਕੀਤਾ ਪਰ ਆਪ ਦਾ ਸੁਨੇਹਾ ਨਾ ਦਿੱਤਾ, ਢਿੱਲ ਕਰ ਛੱਡੀ। ਭੋਗ ਉਪਰੰਤ ਜਦੋਂ ਉਹ ਪਾਠੀ ਡੇਰੇ ਆਪ ਜੀ ਦੇ ਦਰਸ਼ਨ ਕਰਨ ਆਏ ਤਾਂ ਆਪ ਉਹਨਾਂ ਨੂੰ ਕਹਿਣ ਲੱਗੇ, ਹੁਣ ਸਾਡੇ ਬੱਚੂ ਵੀ ਸਾਡਾ ਸੁਨੇਹਾ ਦੇਣ ਤੋਂ ਚੋਰੀ ਕਰਨ ਲੱਗ ਪਏ ਹਨ। ਅੱਜ ਇਹਨਾਂ ਨੇ ਵੈਸ਼ਨੋ ਵਿਰਤੀ ਦਾ ਸੁਨੇਹਾ ਨਹੀਂ ਦਿੱਤਾ, ਉਹ ਮੁੰਡੇ ਹੈਰਾਨ ਰਹਿ ਗਏ। ਸੰਤਾਂ ਦੀ ਅੰਤਰਜਾਮਤਾ ਦੇਖੋ, ਅੱਗੇ ਤੋਂ ਗਲਤੀ ਨਾ ਕਰਨ ਲਈ ਸਹੁੰ ਖਾਧੀ ਅਤੇ ਪਿਛਲੀ ਗਲਤੀ ਲਈ ਮਾਫ਼ੀ ਮੰਗੀ। ਇਹਨਾਂ ਮੁੰਡਿਆਂ ਕੋਲ ਸਾਈਕਲ ਹੁੰਦੇ ਸਨ, ਬਾਬਾ ਜੀ ਸਾਈਕਲ ਨੂੰ ਘੋੜਾ ਕਹਿੰਦੇ ਸਨ। ਸੰਤਾਂ ਨੂੰ ਨਾਲ ਬਿਠਾ ਕੇ ਇਹ ਪਿਆਰੇ ਪਿਆਰੇ ਸੇਵਾਦਾਰ ਉੱਚੀ ਉੱਚੀ ਬਾਣੀ ਪੜ੍ਹਦੇ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ, ਇੰਨੀ ਤੇਜ਼ ਘੋੜੇ ਦੌੜਾਉਂਦੇ ਜਿਵੇਂ ਹਵਾ 'ਚ ਉੱਡਦੇ ਹੋਣ। ਘਰ ਘਰ ਸੰਤਾਂ ਦੀ ਵਡਿਆਈ ਹੋਣ ਲੱਗੀ, ਪਿੰਡ ਪਿੰਡ ਬਾਣੀ ਦਾ ਪ੍ਰਵਾਹ ਚੱਲ ਪਿਆ। ਆਪਣੇ ਆਪਣੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵੀ ਇਹ ਗਬਰੂਟ ਸੇਵਾਦਾਰ ਸਵੇਰੇ ਸ਼ਾਮੀ ਬਾਣੀ ਪੜ੍ਹਦੇ, ਜੋਟੀਆਂ ਵਿੱਚ ਧਾਰਨਾ ਦੇ ਸ਼ਬਦ ਪੜ੍ਹਦੇ, ਸੰਤ ਬਚਨ ਕਰਿਆ ਕਰਦੇ ਸਨ। ਰੋਜ਼ ਇੱਥੇ ਡੇਰੇ ਆਉਣ ਦੀ ਲੋੜ ਨਹੀਂ, ਸਿੱਖਾਂ ਦੇ ਮੁੰਡਿਆਂ ਨੂੰ 2 ਟਾਈਮ ਗੁਰਦੁਆਰੇ ਫੇਰਾ ਮਾਰਨਾ ਚਾਹੀਦਾ ਹੈ। ਨਾਮ ਬਾਣੀ ਦੇ ਪੱਖ ਤੋਂ ਔੜ ਮਾਰੀ, ਇਸ ਧਰਤੀ 'ਤੇ ਸੰਤਾਂ ਨੇ ਬਾਣੀ ਦੀ ਪ੍ਰਵਾਹ ਦੀ ਝੜੀ ਲਾ ਦਿੱਤੀ। ਹੁਣ ਪਿਸ਼ਾਵਰ ਗ੍ਰੰਥੀਆਂ ਦੀ ਪੁੱਛ ਗਿੱਛ ਘੱਟ ਗਈ, ਪਹਿਲਾਂ ਉਹਨਾਂ ਵਿਰੋਧ ਕੀਤਾ, ਕਈ ਬਹਾਨੇ ਬਣਾ ਕੇ ਲੋਕਾਂ ਨੂੰ ਉਕਸਾਉਂਦੇ ਰਹੇ, ਪਰ ਐਸੇ ਰੱਬ ਰੂਪ ਸੰਤਾਂ ਦੇ ਸਾਹਮਣੇ ਭਲਾ ਕੌਣ ਟੇਕ ਸਕਦਾ ਸੀ। ਹੌਲੀ ਹੌਲੀ ਇਹ ਗ੍ਰੰਥੀ ਆਪਣੇ ਆਪ ਨੂੰ ਸੁਧਾਰਨ ਲਈ ਮਜਬੂਰ ਹੋ ਗਏ। ਸੰਤਾਂ ਦਾ ਆਸਾ ਵੀ ਤਾਂ ਇਹੀ ਸੀ, ਜੇ ਇਹ ਗ੍ਰੰਥੀ ਕਤਾਹੀ ਕਰਦੇ ਤਾਂ ਲੋਕ ਮੂੰਹ ਨਾ ਲਾਉਂਦੇ। ਸੰਤਾਂ ਦਾ ਬਚਨ ਸੀ, ਗੁਰਦੁਆਰੇ ਝਾੜੂ ਪ੍ਰਤਾੜ ਬਣ ਕੇ ਰਹਿਣਾ ਚਾਹੀਦਾ ਹੈ, ਜਹੇਦਾਰ ਬਣ ਕੇ ਨਹੀਂ।
एक प्रीतवान बच्चू ने वेख्या कि फलाना सिख रोज आप जी का मंजा अंदरों बाहर कढ़दा है। ये सेवा बड़े नेम नाल करता है, मैं भी करा। उसने आप जी का मंजा सवेर के समय बाहर कढ़ना शुरू कर दिता, उपर विछाई भी कर देनी। संते सब वेखते रहे, वह बच्चू बड़ा समझदार सी। उंज परमार्थ की बिड़क करता सी। तीजे दिन उन्हूं कोल सद्या ते कहन लगे, मंजा बाहर कढ़िया की फर्क पिया? कुछ नहीं पैना, भावें मंजे थले सो रहो सारी उम्र, नाम जपना पैना है, मेहनत आप करनी पैनी है, करनी भी पूरी पैनी है। जे एक रुपया थले डिग पे तो लिख के चुकना पैना है, दूजा चुकना भी रुपया ही है, विचों दवानी चवानी नहीं चुकी जानी। इस तरह मेहनत आप नू करनी पैनी है। जदों मन तन पूरा गुरु अगे अर्पण कर दिंदा है तो फिर कितों जाके काम बनता है। तन मन धन सब सौंप गुर को, हुक्म मनिया पाईए। एक श्रद्धालु ने आप जी नू पुछया कि मैं अमृत छकना है, कितों छका? जदों आपने उसके मूँह अमृत छकन वाली गल सुनी तो बड़ी दया दृष्टि नाल उस वल वेख्या ते उहदा हाथ फड़ लिया। कहन लगे, शाबाश तेरे बच्चू, कदे भला सोचिया ई? कहन लगे, शाबाश तेरे बच्चू, भला सोचिया ई? कित्यों भी छक लै, अमृत तां गुरु दा है, कोई भरम नहीं करना। पर सिख कहे कि तुही दसो मैं कित्थों छकां? जिहड़े होर डेरे ते टकसालां अमृत छकाउंदियां ने, उह हल जूला तां बाबे नानक दा वरतदियां ने, भी पाउंदियां पिछे अपना दाणा भी पा दिंदियां ने। संतां ने गल सुनी ते थोड़ा मुस्कराए, कहन लगे, सारे ही चंगे ने जिहड़े बाबे नानक दा होका दिंदे ने। चलो जा, अकाल तख्त तों छक आ, अकाल नाल जुड़। अकाल नूं छड के इधर उधर होर किते नहीं जुड़ना। अमृत पीवो सदा चिर जीवो, हर सिमरत आनंद अनंता, रंग तमाशा पूर्ण आसा, कभे न व्यापै चिंता।